ਸਤਿ ਸ਼੍ਰੀ ਅਕਾਲ ਮਨੋਜ ਉਸਤਾਦ ਜੀ ਪੈਰੀ ਪੈਨੇ ਜੀ ਹੋਰ ਠੀਕ ਠਾਕ ਹੋ ਸਾਰੇ ਗਰੁੱਪ ਵਾਲੇ ਵੀਰਾਂ ਦੇ ਕੀ ਹਾਲ ਚਾਲ ਆ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਕਰੋ ਯਾਰ ਚੈੱਕ ਆਪਣੇ ਕੋਲ ਵੀ ਇੱਕ ਹੈਗੀ ਹੈਗੀ ਪੁਰਾਣੇ ਪੰਜਾਬੀਆਂ ਚੋਂ ਸਿੰਧੀਆਂ ਚੋਂ ਮੁਰਗੀ ਹੈ ਇਹ ਸਿੰਧੀ ਬਰੀਡ ਹੁੰਦੀ ਸੀ ਪੁਰਾਣੀ ਪੰਜਾਬੀ ਕਰੋ ਅੱਖ ਦਾ ਸ਼ੌਂਕ ਕਰੋ ਫੇਸ ਦਾ ਸ਼ੌਂਕ ਕਰੋ ਨੇੜੇ ਲਿਆਓ ਇਹ ਫੇਸ ਦਿਖਾ ਪਿੱਛੇ ਕਰ ਮਾੜਾ ਜਿਹਾ ਫੇਸ ਦਿਖਾ ਆ ਦੇਖੋ ਜੀ ਉਰੇ ਇੱਧਰ ਦੀ ਲਿਆ ਆਈ ਕਾਠੀ ਦਾ ਸ਼ੌਂਕ ਕਰੋ ਇਹ ਕਾਠੀ ਆ ਮੁਰਗੀ ਦੀ ਆ ਜਿਹੜੇ ਬਾਲ ਕਹਿੰਦੇ ਹੁੰਦੇ ਸੀ ਪੁਰਾਣੇ ਪੰਜਾਬੀਆਂ ਦੇ ਕਹਿੰਦੇ ਛੱਲੇ ਬਣਾਉਂਦੇ ਆ ਇਹਦੇ ਦੋਹੇ ਪਾਸਿਓਂ ਛੱਲੇ ਬਣਦੇ ਆ ਆਪਣੇ ਆਪ ਛੱਲੇ ਬਣਦੇ ਆ ਪਿੱਛੋਂ ਗਰਦਨ ਦੇ ਬਾਲਾਂ ਦੇ ਛੋਟੀ ਅਤੇ ਮੋਟੀ ਗਰਦਨ ਹੈ ਪੂਰੀ ਫੁੱਲ ਠੀਕ ਹੈ ਜੀ ਆ ਫੜ ਜੇ ਤੂੰ ਕਰੋ ਮੁਰਗੀ ਦੇ ਨਾ ਡੰਡਿਆਂ ਦਾ ਸ਼ੌਂਕ ਕਰੋ ਆ ਡੰਡੇ ਆ ਮੁਰਗੀ ਦੇ ਖੁਸ਼ਕ ਪੁਰਾਣੇ ਪੰਜਾਬੀਆਂ ਦੇ ਹੁੰਦੇ ਸੀ ਜਿਹੜੇ ਮਜ਼ਬੂਤ ਮੋਟੇ ਅਤੇ ਖੁਸ਼ਕ ਡੰਡੇ ਛੋਟੇ ਡੰਡੇ ਆ ਦੇਖੋਗੇ ਸਾਰੇ ਕਰੋ ਸ਼ੌਂਕ ਆ ਇਹਦਾ ਜੋੜ ਹੈ ਮੋਟਾ ਫੁੱਲ ਐਡਾ ਮੋਟਾ ਜੋੜ ਹੈ ਵੀਰੇ ਐਡਾ ਜੋੜ ਹੈ ਪੂਛ ਦਾ ਜੋੜ ਇਹਦਾ ਆ ਪੱਲੇ ਆ ਮੁਰਗੀ ਦੇ ਤਾਂ ਕਰ ਓਏ ਤਾਂ ਕਰ ਆਹ ਕੁਛ ਇਹਨੇ ਆਪ ਹੀ ਤੋੜ ਰੱਖਿਆ ਕੁੜੀ ਹੋਵੇ ਜੀ ਨੇ ਅਤੇ ਆਹ ਪੱਲੇ ਆ ਮੁਰਗੀ ਦੇ ਬਾਕੀ ਸਿੱਧੀ ਖੜੀ ਦਿਖਾ ਦਿੰਦੇ ਹਾਂ ਤੁਹਾਨੂੰ ਸਿੱਧੀ ਖੜੀ ਦਿਖਾ ਜੇ ਤੂੰ ਪੰਜਾਬ ਦੇ ਚੈਨਲ ਵਾਸਤੇ ਮੈਂ ਮਨੋਜ ਉਸਤਾਦ ਜੀ ਅਠਵਾਲ ਸਰਸੇ ਵਾਲਿਆਂ ਦਾ ਚੇਲਾ ਜੀ ਅਤੇ ਆ ਉਹਨਾਂ ਦੀ ਮੁਰਗੀ ਦਾ ਇੱਕ ਬੱਚਾ ਅਤੇ ਉਹਨਾਂ ਵੱਲੋਂ ਗਿਫਟ ਆਇਆ ਸੀਗਾ ਅਤੇ ਇਹਦਾ ਕਰੋ ਸ਼ੌਕ ਇਹਦੀ ਅੱਖ ਦਾ ਸ਼ੌਕ ਕਰੋ ਨੇੜੇ ਕਰੋ ਆ ਇਹਦੀ ਅੱਖ ਇਹਦੇ ਪੱਲੇ ਦਾ ਸ਼ੌਂਕ ਕਰੋ ਵਿੱਚੋਂ ਕੁਛ ਕਲੀਆਂ ਇਹਨੇ ਤੋੜ ਰੱਖੀਆਂ ਤਾਂ ਚੱਕ ਆ ਇਹਦੀ ਕਾਠੀ ਹੈ ਇੱਕ ਗਿੱਠ ਅਤੇ ਚੌਥੀ ਉਂਗਲ ਲੱਗ ਜਾਣੀ ਆ ਨਾਲ ਆਰਾਮ ਨਾਲ ਇੱਥੋਂ ਤੱਕ ਕਾਠੀ ਹੈ ਇਹਦੀ ਆ ਇਹਦੇ ਪੈਰ ਦਾ ਪੂਛ ਦਾ ਜੋੜ ਹੈ ਐਡਾ ਮੋਟਾ ਜੋੜ ਹੈ ਚੱਲੀ ਜਾਣ ਦੇ ਆ ਐਡਾ ਮੋਟਾ ਜੋੜ ਹੈ ਇਹਦਾ ਆਹ ਹਾਈਟ ਹੈ ਪੱਠੇ ਦੀ ਹਾਈਟ ਚੈੱਕ ਕਰੋ ਚੰਗੀ ਹਾਈਟ ਦਾ ਪੱਠਾ ਹਲੇ ਇਹਨੂੰ ਕੋਈ ਖੁਰਾਕ ਖਰੂਕ ਨਹੀਂ ਲੱਗੀ ਹੋਈ ਨੋਰਮਲ ਫਿਰਦਾ ਹੈਗਾ ਆਪਣੇ ਘਰੇ ਖੁਰਾਕ ਖਰੂਕ ਇਹਨੂੰ ਕੁਛ ਨਹੀਂ ਲਾਏਗੀ ਹਲੇ ਤਾਂ ਆਇਆ ਹੀ ਆ ਬੱਚਾ ਹੈਗਾ ਬੰਗ ਆ ਤੁਰਦਾ ਫਿਰਦਾ ਕਰੋ ਚੈੱਕ